इनी दूर करा चलो नहीं नहीं वीर जी कटूगा वीर जी का हैप्पी बर्थडे चल कर रविंदर तू दोनों न्याणा दा फड़ के कर दी ना दोनों हाथ फड़ के कर दी हैप्पी बर्थडे टू यू हैप्पी बर्थडे टू यू हैप्पी बर्थडे टू यू सिक्स मंथ जुवराज हैप्पी बर्थडे टू यू चलो 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 पापा वाह वाह गुड जॉब हैप्पी बर्थडे बर्थडे कहरा पापा को लेना हैप्पी बर्थडे मामू हैप्पी बर्थडे टू यू कह रहा सारे कुछ अगी जंदी चलो ओके चलो ठीक है ओके ओके तू ही देता आई दे दे चल सही है आई दे दे दा देता ना हां हैप्पी बर्थडे ओके मम्मी ओ नो ये कैटा पड़िया वेंदी ओके बाय पापा हाल है बाय पढ़ियो ये अभी अभी कल जा संगल को यहां करती है बैठो बैठो कैट खा लो कैट खा लो यार दिल के ना खुलाई कैट खा दे रे टैप सो खा ना तो तारे दे कायरा चुप करा दो हां बुते कायरा वीर जी रोंडे चुप करा ਉਹ ਤੇ ਰੋਂਦਾ ਤੂੰ ਲੱਗ ਗਲੋੜ ਆਹ ਜੀ ਜੀ ਜੀ
ਤੇ ਹੁਣ ਆਪਾਂ ਸੋਚਣ ਦੇ ਕਿ ਨੇਲਸ ਕਰਵਾ ਲਈਏ, ਨੇਲਸ ਐਕਸਟੈਂਸ਼ਨ ਕਰਵਾਉਂਦੇ ਪਏ ਆ। ਇਹ ਲੇਡੀ ਬਹੁਤ ਹੀ ਬਰੀਕੀ ਵਿੱਚ ਕੰਮ ਕਰਨ ਦੀ ਆ, ਬਹੁਤ ਗੁੱਡ, ਥੈਂਕ ਯੂ। ਹੁਣ ਬੇਸ ਨੇਲ ਪੇਂਟ ਲਾਉਂਦੇ ਹੋਏ ਮੈਂ ਬਿਲਕੁਲ ਲਾਈਟ ਸ਼ੇਡ ਚੱਕਿਆ ਵਾ ਪਿੰਕ ਤੇ ਆ ਫਾਈਨਲ ਲੈਸ਼ਿਸ ਆਲਸੋ। ਤੇ ਇੱਥੇ ਯੁਵਰਾਜ ਮੇਰੇ ਹੱਥਾਂ ਨਾਲ ਸਰਪ੍ਰਾਈਜ਼ਿੰਗਲੀ ਉਹ ਵੇਖਣ ਦਿਆ ਕਿ ਇਹਦੇ ਮੰਮਾ ਦੇ ਹੱਥਾਂ ਨੂੰ ਕੀ ਹੋ ਗਿਆ। ਤੇ ਇੱਥੇ ਉਹ ਮੇਰੇ ਹੱਥਾਂ ਨੂੰ ਬਹੁਤ ਹੀ ਪਿਆਰੇ ਤਰੀਕੇ ਨਾਲ ਖੇਡ ਰਿਹਾ ਹੈ ਦੇਖ ਦੇਖ ਕੇ। ਉਹ ਜੁੜੀ ਐਂਡ ਇੱਥੇ ਕਾਇਰਾ ਜਿਹੜੀ ਆ ਉਹ ਬੈਠੀ ਬੈਠੀ ਸੋ ਰਹੀ ਆ। ਪਹਿਲਾਂ ਸੋ ਗਿਆ ਬਿਕੋਜ਼ ਬਾਬਾ ਜੀ ਦਾ ਪਾਠ ਲੱਗਾ ਹੋਇਆ ਪਿੱਛੇ। ਦੋਨੋਂ ਬੱਚੇ ਜਿਹੜੇ ਆ ਹਮੇਸ਼ਾ ਬਾਬਾ ਜੀ ਦਾ ਪਾਠ ਸੁਣ ਕੇ ਹੀ ਸੌਂਦੇ ਆ। ਕਾਇਰਾ ਜਿਹੜੀ ਆ ਸੋ ਕੇ ਹੁਣ ਸੌਂਦੇ ਆ, ਸੁਮਨ ਹੋਣ ਦੀ ਆ ਬੈਠੇ ਬੈਠੇ ਸੌਂਦੇ ਆ ਜੀ। ਉਹ ਵੀ ਦੇਖੋ ਭੋਲੀ ਸ਼ਕਲ ਕਾਇਰਾ ਦੀ। ਬਾਬਾ ਜੀ ਦਾ ਨਾਮ ਲੈਣ ਡਿਆ, ਵਾਹਿਗੁਰੂ ਵਾਹਿਗੁਰੂ ਕਰਨ ਡਿਆ। ਜੋ ਵੀ ਤੇ ਮੈਂ ਇੱਥੇ ਇੱਕ ਦੂਜੇ ਨੂੰ ਵੇਖ ਕੇ ਰੀਲਾਂ ਬਣਾਉਣ ਡਿਆ। ਜੋ ਵੀ ਮੈਨੂੰ ਅੱਜ ਵੇਖਣ ਡਿਆ ਮੰਮਾ ਮੇਰੀ ਨੂੰ ਕੀ ਹੋ ਗਿਆ। ਵਾਓ ਵਾਈ ਲੈਸ਼ਿਸ, ਵਾਓ ਨੇਲਸ। ਦੱਸਣਾ ਭੁੱਲ ਗਈ ਕਿ ਆਪਾਂ ਟੋਰੋਂਟੋ ਵੱਲ ਨੂੰ ਨਿਕਲ ਗਏ ਹਾਂ। ਪਹਿਲਾਂ ਆਪਾਂ ਮੈਨੀਟੋਬਾ ਰਹਿੰਦੇ ਹਾਂ, ਫਿਰ ਆਪਾਂ ਹੁਣ ਟੋਰੋਂਟੋ ਵੱਲ ਨਿਕਲ ਗਏ ਹਾਂ ਇੱਥੇ। ਅਤੇ ਅਸੀਂ ਟੋਰੋਂਟੋ ਪਹੁੰਚ ਗਏ ਹੋਏ ਹਾਂ, ਏਅਰਪੋਰਟ ਤੋਂ ਪਿਕਅਪ ਹੋ ਗਏ ਹਾਂ। ਗੱਡੀ ਬੁੱਕ ਕਰ ਲਈ ਸੀ ਰੈਂਟ 'ਤੇ ਅਤੇ 7 ਡੇਜ਼ ਵਾਸਤੇ ਇੰਜੋਏ। ਅਸੀਂ ਜਾਂਦੇ ਪਏ ਹਾਂ ਹੁਣ ਜਿੱਥੇ ਅਸੀਂ ਰੈਂਟ 'ਤੇ ਮੈਂ ਘਰ ਲੈ ਲਿਆ ਸੀ ਏਅਰਬੀਐਨਬੀ ਤੋਂ ਫੋਰ 7 ਡੇਜ਼, ਅਤੇ ਅਸੀਂ ਉੱਥੇ ਹੁਣ ਜਾ ਰਹੇ ਹਾਂ। ਅਗਲੀ ਸਵੇਰ ਨੂੰ ਥੋੜ੍ਹੇ ਬਹੁਤ ਰੀਲਾਂ ਦੇ ਗਾਣੇ ਬਣਾਏ, ਇੰਜੋਏ ਕੀਤਾ, ਹੱਸੇ ਖੇਡੇ। ਅਤੇ ਮੈਂ ਅਤੇ ਰਵਿੰਦਰ ਗਰੋਸਰੀ ਕਰਨ ਗਏ ਸੀ ਆਪਾਂ, ਲਾਈਕ ਟੋਰੋਂਟੋ ਜਾ ਕੇ ਵੀ ਏਅਰਬੀਐਨਬੀ ਬੁੱਕ ਕਰਕੇ ਫਿਰ ਅਸੀਂ ਗਰੋਸਰੀ ਕੀਤੀ। ਉੱਥੇ ਵਧੀਆ ਘਰ ਦਾ ਫੂਡ ਖਾਧਾ, ਬਿਕੋਜ਼ ਸਾਨੂੰ ਬਾਹਰ ਦੇ ਫੂਡ ਨਾਲ ਫੂਡ ਪੋਇਸਨਿੰਗ ਹੋ ਜਾਂਦੀ ਆ। ਸੋ ਇੱਥੇ ਆਪਾਂ ਬਹੁਤ ਹੀ ਬਹੁਤ ਹੀ ਬਹੁਤ ਹੀ ਮੇਰੀ ਫੇਵਰੇਟ ਜਲੇਬੀ ਆਪਾਂ ਲਈ ਸੀ ਰੋਇਲ ਗਰੋਸਰ, ਰੋਇਲ ਇੰਡੀਅਨ ਗਰੋਸਰ ਵਾਲਿਆਂ ਤੋਂ, ਬ੍ਰਹਮ ਮਿਸੀ ਸਾਹਿਬਾ ਤੋਂ। ਅਤੇ ਸਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਈ, ਸਾਡੀ ਪਹਿਲੀ ਫੂਡ ਆ, ਲਾਈਕ ਪਹਿਲੀ ਵਾਰੀ ਆਪਾਂ ਇੱਥੋਂ ਕੋਈ ਚੀਜ਼ ਖਾਧੀ ਹੋਵੇ ਹੀ ਜਲੇਬੀ ਖਾਧੀ ਪਹਿਲਾਂ। ਸਭ ਤੋਂ ਜਲੇਬੀ ਨੂੰ ਹੱਥ ਪਾਇਆ, ਫਿਰ ਉਸ ਤੋਂ ਬਾਅਦ 'ਚ ਆਪਾਂ ਹੋਰ ਚੀਜ਼ਾਂ ਖਾਧੀਆਂ ਪੀਤੀਆਂ ਇੰਜੋਏ ਕੀਤਾ, ਬਟ ਜਲੇਬੀ ਇਜ਼ ਆਲਵੇਜ਼ ਦੀ ਬੈਸਟ। ਅਤੇ ਰੀਲਸ 'ਤੇ ਗਾਣੇ ਬਣਾਏ, ਆਪਾਂ ਦੇਖਿਆ ਕਿੱਦਾਂ ਦਾ ਸਿਸਟਮ ਆ। ਸੋ ਮਿਸੀਸਾਗਾ ਇਜ਼ ਗੁੱਡ ਪਲੇਸ, ਬਟ ਸਾਡੇ ਵਾਸਤੇ ਇੰਨੀ ਜ਼ਿਆਦਾ ਫਾਇਦੇਮੰਦ ਨਹੀਂ ਰਹੀ ਹੋ, ਲਾਈਕ ਸਾਡੇ ਵਾਸਤੇ ਇੰਨਾ ਜ਼ਿਆਦਾ। ਤੁਹਾਨੂੰ ਮੌਸਮ ਠੀਕ ਲੱਗਾ 2 ਦਿਨ ਬਸ, 7 ਡੇਜ਼ ਦੇ ਵਿੱਚੋਂ 5 ਡੇਜ਼ ਬਾਰਿਸ਼ ਆਉਂਦੀ ਰਹੀ, ਬਹੁਤ ਗੰਦਾ ਮੌਸਮ ਸੀ। ਸੋ ਵੀ ਜਸਟ ਵਾਰਨ ਕਿ ਅਸੀਂ ਮੈਨੀਟੋਬਾ ਦੇ ਵਿੱਚ ਹੀ ਰਹੀਏ, ਬਿਕੋਜ਼ ਧੁੱਪ ਵਿੱਚ ਸੋਹਣਾ ਲੱਗਦਾ, ਬਟ ਜਿਸ ਤਰ੍ਹਾਂ ਬਾਰਿਸ਼ ਬੁਰਿਸ਼ ਆ ਉਹਦੇ ਵਿੱਚ ਅਸੀਂ ਸਾਰੇ ਬਿਮਾਰ ਹੋ ਗਏ, ਅਤੇ ਉਹਦਾ ਕੋਈ ਫਾਇਦਾ ਨਹੀਂ ਰਿਹਾ ਵਕੇਸ਼ਨ ਦਾ। ਬਾਕੀ ਮੇਨ ਕੰਮ ਆਪਾਂ ਕਰਨ ਗਏ ਸੀ ਜਿਹੜਾ, ਉਹੀ ਸਾਡਾ ਟੋਰੋਂਟੋ ਅਸੀਂ ਗਏ ਸੀ ਯੂ ਐੱਸ ਏ ਵੀਜ਼ਾ ਵਾਸਤੇ। ਸੋ ਉਹ ਸਾਡਾ ਡਨ ਹੋ ਗਿਆ, ਵੀ ਅਪਰੂਵਡ, ਮੈਂ ਰਵਿੰਦਰ ਐਂਡ ਗੁਰੀ ਤਿੰਨਾਂ ਦਾ ਅਪਰੂਵਲ ਆ ਗਈ ਯੂ ਐੱਸ ਏ ਵੀਜ਼ਾ ਦੀ ਫੋਰ 10 ਈਅਰਸ, ਅਤੇ ਆਪਾਂ ਉਹ ਚੀਜ਼ ਵਾਸਤੇ ਬਹੁਤ ਹੈਪੀ ਹਾਂ, ਖੁਸ਼ ਹਾਂ ਅਤੇ ਇੰਜੋਏ ਕਰਦੇ ਪਏ ਹਾਂ। ਬਟ ਉਸ ਟਾਈਮ ਬਾਰਿਸ਼ ਬਹੁਤ ਜ਼ਿਆਦਾ ਸੀ,
बाकी इतने बादो फिर बारिश बंद हो गई सी ते वधिया मौसम ही क्लाउडी जिहा ते आपां इंजॉय किया। बाकी बहुत सोहना ओंटारियो बहुत सोहनी बिल्डिंग्स आ सब कुछ बहुत सोहना बट जस्ट वैदर की वजह के नाल थोड़ा असी बीमार पै गए। इन्ना ज़्यादा घूमे फिरे नहीं इंजॉय नहीं इन्ना किया जस्ट थोड़ा बहुत अपना घूमते फिरते रहे जिते भी पता सूँ कि लग गया जी गड्डी दे विच ही रहना वा। तो बाकी अपना रविंदर सी देखो किदा देखण डिया मैनू चलो इतने फिर मैं सोचा कि अं ना चलते हाँ दविंदर मेरी सहेली को फिर आप चले मैं रविंदर गुरी तो साढ़े पापा जी तो कायरा दे जो भी ममा घर रह पे ही क्योंकि उन्होंने फिर केंद्र पे ही जो मैं घर रही हूँ थक गए ही ज़्यादा तो फिर आप इंजॉय किया। युवराज की कर दिया है बहुत शरारती हो गया तू बहुत शरारती हो गया आखो अपना पैर खान दिया है पैर खान दिया शी ते इत्थे ही ना ट्रैम्पलीन पार्क आ गए स्काई जोन मिसिसागा दे विच बहुत ही चिल मारे बहुत वधिया सी बट ये चिल जिहड़ा साडा लास्ट सी बहुत बीमार हो गए इहदी वजह दे नाल भी आपां क्योंकि थकावट काफ़ी ज़्यादा हो गई तो कायरा ने भी इंजॉय किया वैसे तो काफ़ी वधिया इंजॉय किया वैसे छोटी यार ले करी चली आप भी चल तो ही चलो ना मैं फिर पीछे पीछे आनी तुम चलो तुम कायरा बैक अप एक एक जने वास्ते है वधिया है दो दो जने वास्ते नहीं हैगा खाईरा देख और रोन लग गई
फस गई हूँ वाओ कायरा 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 पापा चलो कायरा पापा ज़्यादा ना।
ਗੱਲਾਂ ਚੱਲਦੀਆਂ ਵਾ ਉਹ ਗੱਲਾਂ ਚੱਲਦੀਆਂ हाँ बच्चे सोशलाइज होना चाहिए हाँ भी जान बात पूरी उठ उठ पी चलो हाँ हर कि चलिए चलिए बस ऐ बस करिए बस आई चलिए Okay.
Sí.